ਲਓ ਵੀ ਪੰਜਾਬੀ ਉਹ ਸਾਰੇ ਪੰਜਾਬੀਆਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ। ਪੰਜਾਬ ਸਰ ਲੱਖਾਂ ਕਰੋੜਾਂ ਦਾ ਕਰਜ਼ਾ ਸੀ, ਅੱਜ ਉਹ ਸਾਰਾ ਲੈ ਗਿਆ, ਸਾਰਾ ਦਿੱਲੀ ਵਾਲੀ ਲੈ ਗਿਆ। ਅੱਜ ਆਪਾਂ ਦੇਖਦੇ ਹਾਂ, ਦੇਖੋ ਪੰਜਾਬ ਦੇ ਕਰਜ਼ੇ ਦੀ ਵੰਡ ਚੱਲੀ ਆ। ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਕਰਜ਼ੇ ਦੀ ਵੰਡ ਲੈਣ ਜਾ ਰਹੀ ਆ। ਸਾਰੇ ਦਿੱਲੀ ਵਾਲੇ ਲੈ ਗਏ ਸਾਰੀ ਵੰਡ, ਸਾਰਾ ਕਰਜ਼ਾ ਨਾਲ ਦੀ ਨਾਲ ਹੀ ਲੈ ਗਿਆ। ਆਹ ਦੇਖੋ ਕਾਰ ਤੇ ਧਰੀ ਜਾ ਰਹੀ ਹੈ ਕਰਜ਼ੇ ਦੀ ਵੰਡ, ਔਰ ਆਹ ਦੇਖੋ ਬੜੀ ਭਾਰੀ ਵੰਡ ਆ ਕਰਜ਼ੇ ਦੀ। ਤੇ ਆਹ ਦੇਖੋ ਆਹ ਗੱਡੀ ਦੇ ਵਿੱਚ ਇਹਨਾਂ ਨੇ ਰੱਖ ਲਈ ਆ, ਤੇ ਆਪਾਂ ਪੁੱਛਦੇ ਹਾਂ ਇਹ ਵੰਡ ਕਿੱਥੇ ਲੈ ਕੇ ਜਾ ਰਿਹਾ ਕਰਜ਼ੇ ਦੀ, ਪੰਜਾਬੀਆਂ ਲਈ ਖੁਸ਼ਕਰੀ ਕਿਵੇਂ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਤੁਸੀਂ ਕਰਜ਼ੇ ਦੀ ਵੰਡ ਕਿੱਧਰ ਲੈ ਕੇ ਚੱਲੋ ਜੀ? ਦਿੱਲੀ। ਆਹ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਦਿੱਲੀ ਲੈ ਕੇ ਚੱਲਿਆ, ਦਿੱਲੀ। ਇਹ ਪੰਜਾਬ ਦਾ ਕਰਜ਼ਾ ਦਿੱਲੀ ਕਿਵੇਂ ਜਾ ਰਿਹਾ ਜੀ? ਦਿੱਲੀ ਨੂੰ ਦੇਤਾ ਜੀ ਸਾਰਾ ਕਰਜ਼, ਪੰਜਾਬ ਕਰਜ਼ਾ ਮੁਕਤ ਹੋ ਗਿਆ, ਪੰਜਾਬੀ ਖੁਸ਼ੀ ਮਨਾ। ਤੇ ਆਹ ਸੰਗਲ, ਆਹ ਸੰਗਲ, ਸੰਗਲ ਜੀ, ਸੰਗਲ ਇਹ ਕੋਈ ਲੋੜ ਨਹੀਂ ਜੀ ਇਹਦੀ ਸੰਗਲ ਦੀ ਹੁਣ। ਨਹੀਂ ਇਹ ਸੰਗਲ ਵੀ ਤੁਸੀਂ ਦਿਖਾ, ਮੈਂ ਦੇਖਿਆ ਤੁਸੀਂ ਦਿਖਾ ਰਹੇ, ਸੰਗਲ ਵੀ ਲੱਗਿਆ ਹੋਇਆ ਸੀ ਪੰਜਾਬ ਦੇ, ਕਰਜ਼ਾ ਵੀ ਲੱਗਾ ਤੇ ਪੰਜਾਬ ਦੇ ਆਹ ਸੰਗਲ ਵੀ ਲਾਇਆ ਹੋਇਆ ਸੀ। ਆਹ ਕਿਹੜੀ ਕੰਪਨੀ ਹੈ? ਨਵੀਂ ਕੰਪਨੀ ਵੱਲੋਂ ਭੇਟ ਆਈ ਹੈ, ਨਵੀਂ ਕੰਪਨੀ ਜਿਹੜੀ ਜੁਆਇਨ ਕੀਤੀ ਅਸੀਂ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਤੇ ਇਹ ਜਿਹੜੀ ਪੰਜਾਬ ਦੇ ਕਰਜ਼ੇ ਦੀ ਵੰਡ ਹੈ, ਦਿੱਲੀ ਜਾ ਕੇ ਕੀ ਕਰੋਗੇ ਤਾਂ? ਹਾਂਜੀ, ਦਿੱਲੀ ਜਾ ਕੇ ਇਹ ਬਸ ਦਿੱਲੀ ਨੂੰ ਦੇਤਾ ਜੀ, ਤੇ ਪੰਜਾਬ ਅੱਜ ਕਰਜ਼ਾ ਮੁਕਤ ਹੋ ਚੁੱਕਿਆ। ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ। ਜਿੰਨਾ ਪੰਜਾਬ ਦੇ ਸਿਰ ਕਰਜ਼ਾ ਸੀਗਾ, ਲਗਭਗ 4,33,000 ਕਰੋੜ ਦਾ ਜਿਹੜਾ ਕਰਜ਼ਾ ਸੀਗਾ, ਉਹ ਲੈ ਚੁੱਕਿਆ। ਸੋ ਪੰਜਾਬੀ ਬਹੁਤ ਬਹੁਤ ਮੁਬਾਰਕਾਂ, ਹੈ ਨਾ, ਲੱਡੂ ਬਣ ਸਕਦੇ ਪੰਜਾਬੀ, ਕਿਉਂਕਿ ਕਰਜ਼ਾ ਅਸੀਂ ਸਾਰਾ ਲਾ ਦਿੱਤਾ। ਸੋ ਇਹ ਜਿਹੜਾ ਆਪਣਾ ਸਮਝੌਤਾ ਹੋਇਆ ਹੈਗਾ, ਉਹਦੇ ਤਹਿਤ ਸਾਰਾ ਕੁਛ ਹੋ ਚੁੱਕਿਆ ਹੈਗਾ। ਤੇ ਆਹ ਦੇਖੋ ਤੁਸੀਂ ਦੇਖ ਰਹੇ ਹੋ ਸਾਰੀ ਕਰਜ਼ੇ ਦੀ ਵੰਡ ਦਿੱਲੀ ਨੂੰ ਦੇਤੀ ਆ, ਨਾਲ ਦੇ ਦੇਖੋ ਜਿਹੜੀ ਨਵੀਂ ਕੰਪਨੀ ਜੁਆਇਨ ਕੀਤੀ ਆ ਡੱਬੇਵਾਲ ਸਾਹਿਬ ਨੇ, ਉਹਦੀ ਪੱਗ ਵੀ ਬੰਨ ਕੇ ਜਿਹੜੀ ਪੂਣੀ ਕੀਤੀ ਜਾ ਰਹੀ ਆ, ਪੱਗ ਬੰਨਣ ਲੱਗੇ ਨੇ। ਤੇ ਦੇਖਦੇ ਹਾਂ, ਆਹ ਦੇਖੋ ਪੂਣੀ ਕਰ ਲਈ ਹੈ ਨਾਲ ਦੀ ਨਾਲ ਪੰਜਾਬੀ। ਦੇਖੋ ਪੰਜਾਬ ਦੇ ਕਰਜ਼ੇ ਦੀ ਵੰਡ ਵੀ ਲੈ ਕੇ ਚੱਲੇ ਨੇ, ਜਿਹੜੀ 2-3 ਦਿਨ ਪਹਿਲਾਂ ਤੁਸੀਂ ਦੇਖੀ ਅਸਰ ਤੇ ਚੱਕੀ ਹੋਈ ਸੀ, ਅੱਜ ਆਹ ਕਾਰ ਦੇ ਵਿੱਚ ਰੱਖੀ ਜਾ ਚੁੱਕੀ ਆ, ਤੇ ਇੱਥੋਂ ਰੱਖ ਕੇ ਦਿੱਲੀ ਵੱਲ ਜਾ ਰਹੇ ਨੇ। ਹੁਣ ਜਿਹੜੀ ਇਹਨਾਂ ਨੇ ਪੱਗ ਆ ਜਿਹੜੀ ਪੂਣੀ ਕਰ ਲਈ ਆ, ਤੇ ਪੱਗ ਵੀ ਬੰਨ ਰਹੇ ਨੇ, ਪੱਗ ਬੰਨ ਰਹੇ ਨੇ, ਪਰ ਪੱਗ ਬੰਨਣੀ ਵੀ ਨਹੀਂ ਆ ਰਹੀ। ਤੁਸੀਂ ਦੇਖੋ ਕਾਹਲੀ ਦੇ ਵਿੱਚ ਬੰਨ ਰਹੇ ਨੇ, ਮੈਂ ਚਾਹੂੰਗਾ ਦੇਖੋ ਕਾਹਲੀ ਕਾਹਲੀ 'ਚ ਪੱਗ ਬੰਨ ਰਹੇ ਨੇ। ਇਹ ਪੱਗ ਪਹਿਲਾਂ ਤੁਸੀਂ ਬੰਨੀ ਨਹੀਂ ਕਦੇ ਜੀ? ਨਹੀਂ, ਇਹ ਪਹਿਲੀ ਵਾਰ ਬੰਨੀ, ਬਾਕੀ ਪਹਿਲਾਂ ਹੋਰ ਰੰਗ ਦੀ ਬੰਨਦੇ ਰਹੇ ਆ। ਹਾਂਜੀ, ਚਿੱਟੇ ਜਿਹੇ ਰੰਗ ਦੀ, ਆਹ ਰੰਗ ਦੀ ਨਹੀਂ ਸੀ ਪਹਿਲਾਂ ਬੰਨੀ ਕਦੇ। ਇਹ ਇਹ ਪੱਗ ਨਾ, ਇਸ ਰੰਗ ਦੀ ਪੱਗ ਨਾ ਮੋਹ, ਇਹ ਕਿਦਮ ਕਿਵੇਂ ਜਾ ਗਿਆ? ਵੈਸੇ ਤਾਂ ਚਲੋ ਅੰਦਰਲੀਆਂ ਗੱਲਾਂ ਬਹੁਤ ਸਾਰੀਆਂ ਹੁੰਦੀਆਂ, ਹੈ ਨਾ, ਵੀ ਹੋ ਜਾਂਦਾ, ਚਲੋ ਮੈਂ ਕੈਮਰੇ ਸਾਹਮਣੇ ਨਹੀਂ ਦੱਸ ਸਕਦਾ ਗਾ, ਪਰ ਹੋ ਜਾਂਦਾ। ਬਸ ਹੁਣ ਇਹ ਪੱਗ ਹੀ ਆਪਣੇ, 2-3 ਦਿਨ ਪਹਿਲਾਂ ਤਾਂ ਤੁਹਾਨੂੰ ਇਸ ਪੱਗ ਤੋਂ ਬੜੀ ਨਫ਼ਰਤ ਸੀ, ਬੜੀਆਂ ਤੁਸੀਂ ਟੀਕਾ ਮਾਰਦੇ, ਇਹ ਪੱਗਾਂ ਵਾਲੇ ਤਾਂ ਗੱਪੀ ਹੁੰਦੇ ਆ। ਦੇਖੋ ਸੌਦਾ, ਮਤਲਬ ਸਮਝੌਤਾ ਹੋ ਗਿਆ ਸੀਗਾ ਆਪਣਾ, ਸੌਦਾ ਕਿਹਾ, ਮਾਫੀ ਚਾਹੁੰਦਾ ਇਸ ਸ਼ਬਦ ਦੇ ਲਈ, ਸਮਝੌਤਾ ਹੋ ਗਿਆ ਸੀਗਾ। ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਦਾ ਸਾਰਾ ਕਰਜ਼ਾ ਉਹ ਅਸੀਂ ਲਾ ਦਾਂਗੇ, ਇਸੇ ਕਰਕੇ ਜਿਹੜੀ ਪੰਜਾਬ ਦੀ ਸਾਰੀ ਕਰਜ਼ੇ ਦੀ ਵੰਡ ਆ ਉਹ ਡਿੱਗੀ 'ਚ ਰੱਖ ਕੇ ਦਿੱਲੀ ਨੂੰ ਤੋੜ ਦੇਣੀ ਆਪਾਂ। ਜਿਹੜੇ ਇਹ ਸੰਗਲ ਸੀਗੇ, ਸੰਗਲ ਲਾਉਣ ਦੀ ਲੋੜ ਸੀਗੀ, ਹੁਣ ਜਦੋਂ ਸਮਝੌਤੇ ਹੋ ਗਿਆ, ਸੰਗਲ ਲਾਉਣ ਦੀ ਲੋੜ ਨਹੀਂ ਹੈ, ਸਾਰੇ ਬੰਦੇ ਸਮਝਦਾਰ ਹੋ ਚੁੱਕੇ ਆ, ਸਮਝ ਚੁੱਕੇ ਆ। ਸੋ ਹੁਣ ਉਹ ਲੋੜ ਨਹੀਂ ਹੈ, ਪੰਜਾਬ ਕਰਜ਼ਾ ਮੁਕਤ ਅਸੀਂ ਕਰ ਚੁੱਕੇ ਹਾਂ। ਜਿਹੜੀ ਸਾਡੀ ਕੰਪਨੀ ਹੈ, ਕੰਪਨੀ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਪੰਜਾਬ ਦਾ ਐਡਾ ਵੱਡਾ ਫਾਇਦਾ ਹੋਊ, ਸੋ ਅਸੀਂ ਪੰਜਾਬ ਦੇ ਲਈ ਫਿਕਰਮੰਦ ਹੈ। ਸੋ ਪੰਜਾਬ ਦੇ ਲਈ ਅਸੀਂ ਇਹ ਕੁਛ ਕੀਤਾ ਹੈਗਾ। ਆਹ ਦੇਖੋ ਪੰਜਾਬੀ, ਦੇਖੋ ਕਿਵੇਂ ਸਾਡੇ ਜਿਹੜੇ ਦੇਸ਼ ਦੇ ਲੀਡਰ ਬਦਲਦੇ ਆ, ਕੱਲ੍ਹ ਕਿਸੇ ਹੋਰ ਪਾਸੇ, ਅੱਜ ਕਿਸੇ ਹੋਰ ਪਾਸੇ। ਯਾਰ ਮੇਰਾ ਤਿਤਲੀਆਂ ਵਰਗਾ, ਇਹ ਕਿਤੇ ਤੁਹਾਡੇ ਤੇ ਤਾਂ ਨਿਕਾਲ ਤੁਕੀ ਸੀ ਯਾਰ ਮੇਰਾ ਤਿਤਲੀਆਂ ਵਰਗਾ? ਨਹੀਂ ਨਹੀਂ ਜੀ, ਇਹ ਤਾਂ ਗਾਣਾ ਇੱਕ ਬਹੁਤ ਮਕਬੂਲ ਗਾਣਾ ਹੋਇਆ, ਪਰ ਸਾਡੇ ਨਾਲੇ ਤਾਂ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ। ਅਸੀਂ ਕੋਈ ਨਾ ਤਾਂ ਇਹ ਵੀ ਸਾਨੂੰ ਕੋਈ ਵੱਡੀ ਸੀਟ ਦਾ ਸੀਗਾ, ਸਾਨੂੰ ਇਹ ਵੀ ਨਹੀਂ ਹੈ ਕਿ ਅਸੀਂ ਛੋਟੀ ਸੀਟ ਤੇ ਬੈਠੇ ਤੇ ਵੱਡੀ ਸੀਟ ਤੇ ਬਹਿ ਜਾਈਏ, ਸਾਨੂੰ ਇਹ ਵੀ ਨਹੀਂ ਹੈ। ਸਾਨੂੰ ਬਸ ਐਵੇਂ ਨਹੀਂ ਵੀ ਕਿ ਸਾਨੂੰ ਹੋਰ ਕੋਈ ਲਾਲਚ ਇਹਦੇ ਵਿੱਚ, ਬਸ ਪੰਜਾਬ ਦੇ ਪ੍ਰਤੀ ਫਿਕਰਮੰਦੀ ਕਹਿ ਸਕਦੇ ਉਹਦੇ ਕਰਕੇ। ਮੰਤਰੀ ਸਾਹਿਬ ਕਹਿੰਦਾ ਗਿਰਗਿਟ ਵੀ ਟਾਈਮ ਲਾਉਂਦਾ, ਰੰਗ ਬਦਲ ਲੱਗਿਆ, ਪਰ ਜਿਹੜੇ ਲੀਡਰ ਆ ਉਹ ਰੰਗ ਬਦਲ ਲੱਗੇ ਟਾਈਮ ਨਹੀਂ ਲਾਉਂਦੇ। ਤੁਹਾਡੀ ਪੱਗ ਦਾ ਰੰਗ ਵੀ, ਤੁਹਾਡੇ ਕਰਜ਼ੇ ਵਾਲੀ ਵੰਡ ਵੀ ਅੱਜ ਹੋ ਗਈ, ਇਹ ਐਡਾ ਛੇਤੀ ਕਿਵੇਂ ਬਦਲ ਗਈ? ਦੇਖੋ ਜੀ ਸੌਦੇਬਾਜੀ, ਮੰਤਰੀ ਸਾਹਿਬ ਨੂੰ ਜਵਾਬ ਨਹੀਂ ਆ ਰਿਹਾ। ਇੱਕ ਨਵੀਂ ਵਾਸ਼ਿੰਗ ਮਸ਼ੀਨ ਪੰਜਾਬ 'ਚ ਆਈ ਆ, ਕਿਤੋਂ ਵਾਸ਼ਿੰਗ ਮਸ਼ੀਨ ਦੇ ਵਿੱਚ ਤੁਸੀਂ ਇਹ ਪੰਡ ਪਾਤੀ, ਉਹ ਧੋਤੇ ਤਾਂ ਨਹੀਂ ਗਏ ਤੁਸੀਂ ਵੀ ਉਸ ਵਾਸ਼ਿੰਗ ਮਸ਼ੀਨ ਰਾਹੀਂ ਧੋਤੇ? ਮੇਰੇ ਤਾਂ ਕੋਈ ਦਾਗ ਹੈ ਹੀ ਨਹੀਂ ਸੀ ਪਹਿਲਾਂ ਵੀ, ਤੁਸੀਂ ਦੇਖ ਲਓ, ਚੈੱਕ ਕਰ ਲਓ।
ਦੇਖੋ ਕਿੰਨੀ ਬੇਸ਼ਰਮੀ ਦੀ ਹੱਦ ਆ ਯਾਰ, ਕਿੱਡੀ ਬੇਸ਼ਰਮੀ। ਮੈਂ ਤੁਹਾਨੂੰ ਕਲੀਅਰ ਦੱਸ ਰਿਹਾ, ਤੇ ਟ੍ਰਾਂਸਪੇਰੈਂਸੀ ਹੈ ਕਿ ਨਹੀਂ ਸਰ? ਬਿਲਕੁਲ। ਤੁਸੀਂ ਦੱਸੋ, ਤੁਸੀਂ ਮੈਨੂੰ ਕੋਈ ਲਾਲਚ ਦਿੱਤਾ? ਨਾ ਜੀ ਨਾ, ਕੋਈ ਲਾਲਚ ਨਹੀਂ ਦਿੱਤਾ। ਨਹੀਂ, ਪਹਿਲਾਂ ਕੋਈ ਦਾਗ ਸੀ? ਸਾਨੂੰ ਚੰਗੇ ਬੰਦਿਆਂ ਦੀ ਲੋੜ ਆ, ਅਸੀਂ ਚੰਗੇ ਬੰਦੇ ਤਾਂ ਨਾਲ ਲੈ ਕੇ ਆਏ। ਦੇਖੋ, ਅਸੀਂ ਕੋਈ ਲਾਲਚ ਨਹੀਂ ਦਿੱਤਾ। ਇਹ ਗੱਲ ਹੈ, ਉਹ ਨਹੀਂ ਹੈ, ਤੁਹਾਡੇ ਚੈਨਲ ਵਾਲੇ ਚਲਾਉਣਗੇ। ਸੁਣੋ ਸੁਣੋ ਸੁਣੋ, ਕਿੱਡੀ ਬੇਸ਼ਰਮੀ ਦੀ ਗੱਲ ਆ। ਇੱਕ ਪਹਿਲਾਂ ਦਿੱਲੀ ਇੱਕ ਵੱਡੀ ਮਸ਼ੀਨ ਲੱਗੀ ਹੋਈ ਸੀ, ਉਹ 'ਚ ਕੱਪੜੇ ਪਾਉਂਦੇ ਧੋ ਕੇ ਸਾਫ਼ ਕਰਕੇ ਬਾਹਰ ਸੁੱਟ ਦਿੰਦੀ ਸੀ। ਹੁਣ ਇੱਕ ਨਵੀਂ ਮਸ਼ੀਨ ਪੰਜਾਬ 'ਚ ਵੀ ਲੱਗ ਗਈ ਆ, ਇਹਦੇ ਵਿੱਚ ਜੀ ਬੰਦੇ ਪਾਓ ਅਤੇ ਸਾਫ਼ ਹੋ ਕੇ ਬਾਹਰ ਨਿਕਲ ਜਾਂਦੇ ਆ। ਤੁਸੀਂ ਮੈਨੂੰ ਲੱਗਦਾ ਇਸ ਮਸ਼ੀਨ ਵਿੱਚ ਹੀ ਲੰਘਿਓ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ ਜੀ। ਮੇਰੇ ਖਿਆਲ ਤੁਹਾਡਾ ਸ਼ਾਇਦ ਚੈਨਲ ਇਹ ਵਿਕਿਆ ਹੋਇਆਗਾ, ਸੋ ਇਹੋ ਜਿਹੇ ਅਸੀਂ ਬਕਵਾਸ। ਆਹ ਦੇਖੋ, ਕਿਹੋ ਜਿਹੀਆਂ ਗੱਲਾਂ ਕਰਦੇ ਆ, ਕਿਹੋ ਜਿਹੀਆਂ ਗੱਲਾਂ ਕਰਦੇ ਆ। ਭੱਜ ਗਿਆ, ਆਹ ਭੱਜ ਗਿਆ, ਗੱਲਾਂ ਦਾ ਜਵਾਬ ਨਹੀਂ ਆਇਆ ਇਹਨਾਂ ਨੂੰ। ਆਹ ਸੰਗਲ ਵੀ ਲੈ ਗਿਆ, ਕਰਜ਼ੇ ਦੀ ਪੰਡ ਵੀ ਲੈ ਗਿਆ, ਅਤੇ ਅੱਜ ਚੱਲਿਆ ਦਿੱਲੀ, ਦਿੱਲੀ ਵਾਲਿਆਂ ਦੇ ਹੱਥਾਂ 'ਚ ਜਿਹੜਾ ਖੇਡ ਗਿਆ। ਸੋ ਇਹਨਾਂ ਦਾ ਭਰਾਵੋ ਕੋਈ ਇਤਬਾਰ ਨਹੀਂ ਹੈਗਾ। ਕਿਵੇਂ ਗਿਰਗਟ ਵੀ ਅਜੇ ਦਸ ਦਿਨ ਦਾ ਘੱਟ ਰੰਗ ਬਲਦਾ ਹੋਊਗਾ, ਪਤਾ ਨਹੀਂ ਕਿੰਨੇ ਰੰਗ ਬਲ ਜਾਂਦੇ ਆ। ਇਹ ਸਾਡੇ ਮਹਾਨ ਲੀਡਰ ਆ।